ਦਾ ਜਿਹੜਾ ਪ੍ਰੋਗਰਾਮ ਹੈ ਸਾਡਾ ਇਹ 2 ਘੰਟੇ ਦਾ 10 ਤੋਂ 12 ਦਾ ਹੈ ਜੀ। ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਸੱਦਾ ਪੱਤਰ ਆਇਆ ਵਾ ਉਹਦੇ ਵਿਰੋਧ ਦੇ ਉਹਦੇ ਹੱਕ ਦੇ ਵਿੱਚ ਉਹਦੇ ਉਹਨੂੰ ਉਹਦਾ ਹੁਕਮ ਵਜਾਉਣ ਦੀ ਖਾਤਰ ਅੱਜ ਅਸੀਂ ਅੰਮ੍ਰਿਤਸਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੰਮ੍ਰਿਤਸਰ ਵੱਲੋਂ ਤਿੰਨਾਂ ਥਾਵਾਂ ਤੇ ਜਿਹੜਾ ਧਰਨਾ ਦਿੱਤਾ ਜਾ ਰਿਹਾ, ਨਿੱਜਰਪੁਰਾ ਟੋਲ ਪਲਾਜੇ ਤੇ, ਟਾਲਾ ਸਾਹਿਬ ਗੋਲਡਨ ਗੇਟ ਦੇ ਕੋਲ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਦੇ ਜਿਹੜੇ ਕਾਰਕੁਨ ਆ ਸਾਰੇ ਸ਼ਾਮਲ ਆ। ਔਰ ਜਿਹੜੀਆਂ ਰਸੋਈ ਗੈਸ ਦੀਆਂ, ਡੀਜ਼ਲ ਦੀਆਂ, ਪੈਟਰੋਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਬੇਤਹਾਸ਼ਾ ਵਾਧਾ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਧਰਨਾ ਲਾ ਕੇ ਇੱਥੇ ਸ਼ਾਮਲ ਹੋਏ ਹਾਂ ਜੀ। ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਮੰਗਲ ਸਿੰਘ ਪਿੰਡ ਰਾਮਪੁਰਾ ਕਿਸਾਨ ਆਗੂ। ਅੱਜ ਜੋ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਸੀ ਵੀ ਜਿਹੜਾ ਆਪਣਾ ਡੀਜ਼ਲ ਤੇਲ ਪੈਟਰੋਲ ਗੈਸ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਵਾ, ਪੈਟਰੋਲ ਵੀ 100 ਤੋਂ ਪਾਰ ਜਾ ਚੁੱਕਾ ਅਤੇ ਡੀਜ਼ਲ ਵੀ ਪਹੁੰਚ ਲਿਆ 100 ਤੱਕ। ਸੋ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਸੀ ਅੱਜ 2 ਘੰਟੇ ਦਾ ਅਤੇ ਆਪਣਾ ਇੱਥੇ ਮੁਜ਼ਾਹਰਾ ਕਰਨ ਦਾ ਨਿੱਜਰਪੁਰਾ ਟੋਲ ਪਲਾਜੇ 'ਤੇ ਅਸੀਂ ਕੀਤਾ ਵਾ, ਤੁਹਾਡਾ ਗੋਲਡਨ ਗੇਟ 'ਤੇ ਵੀ ਚੱਲ ਰਿਹਾ ਅਤੇ ਟਾਲਾ ਸਾਹਿਬ ਚੱਲ ਰਿਹਾ ਵਾ। ਸੋ ਜਿਹੜੀ ਇਹ ਮਹਿੰਗਾਈ ਸੈਂਟਰ ਸਰਕਾਰ ਕਰ ਰਹੀ ਆ, ਸੋ ਇਹ ਮਾੜੇ ਬੰਦੇ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਵਾ, ਦਿਨੋਂ ਦਿਨ ਬੰਦਾ ਗਰੀਬ ਹੋਰ ਨੀਚੇ ਜਾ ਰਿਹਾ ਵਾ, ਇਸ ਕਰਕੇ ਲੋਕਾਂ ਦੇ ਵਿੱਚ ਰੋਸ ਆ।